अपने ठीक है उधर चल पे जाना मैं भी जे तो आना मेरे मांग राज नहीं पाओगे मैं भी तेरे मांग रही हूं मैं की करना है पांच दिन ना अच्छा जी पांच दिन तक या तो मेरे पैसे का हल कर दी नहीं पे मकान खाली कर हां हां वीरे कोई गल नहीं तुसी घबराने वाली कोई गल नहीं टेंशन ना लो पता की है भी ओ तो ना शैंपा पीछे रोला जा पै गया सी हां हां नहीं बंटू ने कुछ नहीं कहा मेनू ते बस ओ रुस के बंटू नाल चले गए आ बाकी देखो की बनता गा ठीक है वीरे चंगा वीरे मैं फिर कर दी गल किदा फोन सी वीरा सीगा ओ आण नु कहंदे ओ कहंदे भी रात क्लेश जा हो गया सी ना उनां नु किसे ने दसता पता नहीं ते बचोलन नहीं दसता ते ओ कहंदे भी असीं आउणे आगे ਹੁਣ ਹੋਰ ਕਲੇਸ ਵਧੂਗਾ ਦੱਸ ਤੂੰ ਕਹਿੰਦੀ ਵੀ ਰਹਿਣ ਦੋ ਨਹੀਂ ਵੀਰਾ ਕਲੇਸ ਨਹੀਂ ਕਰਦਾ ਉਹ ਤਾਂ ਬਸ ਐਂ ਪੁੱਛਦਾ ਸੀ ਕਹਿੰਦਾ ਤੈਨੂੰ ਤਾਂ ਨਹੀਂ ਕਿਸੇ ਨੇ ਕੁਛ ਕਿਹਾ ਮੈਂ ਬੋਲੇ ਤਾਂ ਮੈਨੂੰ ਕੁਛ ਨਹੀਂ ਤੇ ਬਾਕੀ ਕਹਿੰਦੇ ਸੀ ਬੰਟੂ ਨੇ ਤਾਂ ਨਹੀਂ ਕੁਛ ਕਿਹਾ ਮੈਂ ਨਹੀਂ ਚੱਲ ਕੋਈ ਗੱਲ ਨਹੀਂ ਆ ਜਾਣ ਦੇ ਤੇ ਚੂੜਾ ਲਾਤਾ ਚੂੜਾ ਤਾਂ ਜੀ ਫਿਰ ਮੈਨੂੰ ਐਸੀ ਘਰੇ ਕੰਮ ਕੁਰ ਮੈਂ ਹੀ ਕਰਨੇ ਹਨਾ ਤਾਂ ਕਰਕੇ ਮੈਂ ਚੂੜਾ ਲਾਤਾ ਮੈਂ ਕਿਹਾ ਵਿੱਚ ਡਿੱਕਾ ਜਿਹਾ ਲੱਗੀ ਜਾਊਗਾ ਐ ਆਨੰਦ ਬਣਾਉਂਦੀ ਹੁੰਦੀ ਹੈ ਚੂੜਾ ਜਦੋਂ ਆਨੰਦ ਦੀ ਕਲੇਸ਼ ਕਰਕੇ ਬਾਗੀ ਹੁਣ ਮੇਰੇ ਚੂੜੇ ਇੱਥੇ ਕਿਹਨੇ ਵਧਾਉਣੇ ਆ ਚੱਲ ਕੋਈ ਗੱਲ ਨਹੀਂ ਚੱਲ ਮੈਂ ਕਰਦੀ ਆ ਮਿੱਠੀਆਂ ਰੋਟੀਆਂ ਦਾ ਸ਼ਗਨ ਜਾ ਹੁੰਦਾ ਮੈਂ ਉਹ ਬਣਾ ਲੈਣੀ ਆ ਨਾਲੇ ਤੁਸੀਂ ਖਾ ਲਿਓ ਨਾਲੇ ਮੈਂ ਖਾ ਲੂੰਗੀ ਫਿਰ ਚਲੇ ਜਾਓ ਖੇਤ ਮੇਰੀ ਗੱਲ ਸੁਣ ਕਿਸੇ ਨੇ ਪਾਣੀ ਨਹੀਂ ਵਾਰਿਆ ਹੈਗਾ ਠੀਕ ਹੈ ਕੋਈ ਇੱਥੇ ਮੇਰੀ ਭੈਣ ਨੇ ਆ ਕੇ ਚੂੜਾ ਨਹੀਂ ਵਧਾਇਆ ਹੈਗਾ ਫਿਰ ਮਿੱਠੀਆਂ ਰੋਟੀਆਂ ਦਾ ਸ਼ਗਨ ਕਰਨ ਨੂੰ ਕੀ ਹੈ ਤੂੰ ਆਟਾ ਗੁੰਨ ਕੇ ਨਾ ਉਹੀ ਚਾਰ ਰੋਟੀਆਂ ਲਾ ਦੇ ਤੇ ਕੰਮ ਇੰਨੇ ਜ਼ਿਆਦਾ ਖੜੇ ਆ ਇਕੱਲਾ ਜਾਣਾ ਹੈਗਾ ਪਹਿਲਾਂ ਹਲਵਾਈ ਦਾ ਹਿਸਾਬ ਕਿਤਾਬ ਕਰਕੇ ਆ ਤੇ ਮੈਂ ਖੇਤ ਜਾਣਾ ਠੀਕ ਹੈ ਨਾਲ ਮੈਨੂੰ ਚਾਹ ਦੀ ਘੁੱਟ ਦੇ ਦੇ ਫਿਰ ਖੇਤੋਂ ਪੱਠੇ ਵੀ ਵੱਢ ਕੇ ਲਾਉਣੇ ਪਸ਼ੂ ਵੀ ਭੁੱਖੇ ਖੜੇ ਆ ਚਲ ਠੀਕ ਹੈ ਜੀ ਫਿਰ ਮੈਂ ਰੋਟੀਆਂ ਬਣਾ ਲੈਣੀ ਆ ਤੇ ਐਂ ਕਰੀ ਇੱਕ ਗੱਲ ਹੋਰ ਮੈਂ ਜਾਣਾ ਖੇਤ ਜੇ ਵੀਰਾ ਆ ਗਿਆ ਮੈਨੂੰ ਫੋਨ ਕਰ ਦੇ ਠੀਕ ਹੈ ਹਾਂਜੀ ਕੋਈ ਗੱਲ ਨਹੀਂ ਮੈਂ ਫੋਨ ਕਰ ਦੂੰਗੀ ਤੁਹਾਨੂੰ ਤੇ ਮੈਨੂੰ ਰਸੋਈ ਦੱਸ ਦਿਓ ਕਿੱਧਰ ਆਪਣੀ ਚਲ ਆ ਜਾ ਮੈਂ ਦੱਸ ਦਿੰਦਾ ਚਲੋ ਐ ਕਰਦਾ ਮਾਂ ਪੂਰੀ ਆਕੜ ਰੱਖਦਾ ਉਹਦੇ ਵੱਲ ਹੁਣ ਮੁੜ ਕੇ ਜੋ ਆਪਾਂ ਉੱਥੋਂ ਆ ਗਏ ਸੀ ਆਇਆ ਨਹੀਂ ਆਪਣੇ ਵੱਲ ਪਿੱਛੇ ਉਹ ਪਿੱਛੇ ਆ ਕੇ ਕੀ ਕਰਾਉਣਾ ਹੁਣ ਤੇਰੇ ਉਹਨੇ ਆਇਆ ਨਹੀਂ ਪਿੱਛੇ 25-25 ਹਜ਼ਾਰ ਦੇ ਆਪਣੇ ਚਾਰ ਸ਼ੰਪਾਂ ਗਈਆਂ ਤਾਂ 60 ਹਜ਼ਾਰ ਰੁਪਇਆ ਮੇਰਾ ਦਾਰੂ ਦਾ ਲੱਗ ਗਿਆ ਉੱਥੇ ਹਜੇ ਜਿਹੜਾ ਕੋਈ ਹੋਰ ਲੱਗਿਆ ਟੁੱਟ ਭੱਜ ਉਹਦਾ ਕੋਈ ਦੇਣਾ ਹੀ ਨਹੀਂ ਤੂੰ ਇੰਨੇ ਪੈਸੇ ਲਾ ਤੁਸੀਂ ਹੋਰ ਹੋਣਾ 60 ਹਜ਼ਾਰ ਦਾ ਰੁਪਏ ਕੀ ਦੇ ਦਰੂ ਇੱਡੀ ਕਿੰਨੀ 60 ਹਜ਼ਾਰ ਦਾ ਰੁਪਏ ਹੀ ਹੁਣ ਯਾਰ ਦੋਸਤ ਨਹੀਂ ਸੀ ਉੱਥੇ ਮੇਰੇ ਸਾਰੇ ਇਹਦਾ ਮਾਨਸਾ ਦੇ ਅੱਧੇ ਬਣੀਆਂ ਸੀ ਹਾਂ ਅੱਧੇ ਉਧਰੋਂ ਪਿੰਡ ਤੋਂ ਦੂਜੇ ਪਿੰਡ ਤੋਂ ਤੁਸੀਂ ਯਾਰ ਦੋਸਤ ਸਾਰੇ ਹੀ ਆਏ ਸੀ ਆਏ ਤਾਂ ਫਿਰ ਕਿਵੇਂ ਹੋ ਬਸ ਸਿੰਘ ਉਹ 20-10 ਰੁਪਏ ਦਾ ਪਿਆ ਉਹ 40 ਰੁਪਏ ਦਾ ਪਿਆ ਵਧੀਆ ਠੀਕ ਠਾਕ ਤੁਸੀਂ ਦੱਸੋ 10 ਰੁਪਏ ਦਾ ਕੀ ਹਾਲ ਚਾਲ ਹੈ ਭਾਈ ਵਧੀਆ ਠੀਕ ਠਾਕ ਹੋ ਵਧੀਆ ਵਧੀਆ ਠੀਕ ਠਾਕ ਮੈਂ ਤਾਂ ਕੰਮ ਆਇਆ ਇੱਥੇ ਕਿਵੇਂ ਉਹ ਬੰਟੂ ਦੇ ਮਕਾਨ ਵਾਰੀ ਪੈਸੇ ਲੈ ਮੈਂ ਤੁਹਾਨੂੰ ਕਿਹਾ ਸੀ ਵੀ ਜੇ ਮੈਨੂੰ ਲੋੜ ਪਈ ਤਾਂ ਮੈਂ ਪਹਿਲਾਂ ਲਊਂ ਨਹੀਂ ਤਾਂ ਟਾਈਮ ਤੇ ਦੇ ਹੁਣ ਮੈਨੂੰ ਆ ਕੰਮ ਜ਼ਰੂਰੀ ਤੇ ਮੇਰਾ ਹੱਲ ਕਰੋ 2 ਲੱਖ ਰੁਪਏ ਦਾ ਸਰਪੰਚ ਕਾਗਜ਼ ਕਿਹਦੇ ਉਹਦੀ ਕੋਠੀ ਤੇ ਦੇ ਕਾਗਜ਼ ਉਹਦੇ ਵਾਲੀ ਕੋਠੀ ਦੀ ਸੀ ਫਿਰ ਪੈਸੇ ਅਸੀਂ ਕਿਉਂ ਦੇਈਏ ਉਹੀ ਦੇਊਗਾ ਪੈਸੇ ਬਾਈ ਤੇਰਾ ਪਿਓ ਤੇ ਮਾਂ ਲਿਆਏ ਆ ਉਹ ਮੁੰਡਿਆ ਗੱਲ ਸੁਣੋ ਮੇਰੇ ਕੋਲ ਬੰਟੂ ਨਹੀਂ ਆਇਆ ਇਹ ਗਏ ਸੀ ਇਹਨਾਂ ਨੂੰ ਪੈਸੇ ਦਿੱਤੇ ਆ ਇਹਨਾਂ ਨੂੰ ਤੂੰ ਲੱਖ ਵਾਰੀ ਦੇਤੇ ਮੈਂ ਤੈਨੂੰ ਮੰਨਦਾ ਗੱਲ ਕਾਗਜ਼ ਤਾਂ ਉਹਦੀ ਕੋਠੀ ਦੀ ਆ ਹਾਂ ਕਾਗਜ਼ ਉਹਦੀ ਕੋਠੀ ਉਹਦੇ ਮਕਾਨ ਦੀ ਕਾਗਜ਼ ਅੰਦਰ ਕੋਲੇ ਹਾਂ ਹਾਂ ਬਸ ਫਿਰ ਉਹ ਤੂੰ ਲੈ ਲੈ ਹੋ ਜੀ ਕੁਝ ਨਹੀਂ ਦਿੰਦੇ ਸਾਡਾ ਤਾਂ ਉਹ 2 ਲੱਖ ਰੁਪਏ ਪਹਿਲਾਂ ਮੈਂ ਖਰਚ ਕਰੀ ਬੈਠਾ ਤਾਂ ਵਿਆਹ ਤੇ ਮੈਂ ਕਾਹਦਾ ਦੇਣਾ ਤੁਹਾਨੂੰ ਉਹਦਾ ਦਾ ਜਿੰਨਾ ਖਰਚ ਹੋ ਗਿਆ ਮਰਜ਼ੀ ਤੁਹਾਨੂੰ ਤਾਂ ਮੈਂ ਦਿੱਤੇ ਆ ਜੇ ਨਹੀਂ ਦੇਣੇ ਤੁਹਾਡੀ ਸਲਾਹ ਹੈ ਭਾਈ ਮੈਂ ਉਹਨੂੰ ਪੁੱਛ ਲੂੰ ਉਹਨੂੰ ਪੁੱਛ ਲਈ ਨਹੀਂ ਉਹਦਾ ਮਕਾਨ ਪਹਿਲਾਂ ਕਰਾ ਦੀ ਠੀਕ ਹੈ ਕਾਗਜ਼ ਉਹਦੇ ਤੇਰੇ ਕੋਲ ਹੈਗੇ ਆ ਮਕਾਨ ਪਹਿਲਾਂ ਕਰਾ ਦੀ ਬਸ ਉਹਦਾ ਖਾ ਦੂੰਗਾ ਹਾਂ ਸਾਡੇ ਕੋਲ ਪੈਸੇ ਨਹੀਂ ਆਈ ਆਪੇ ਉਹਦੇ ਲਈ ਨਾ ਲਈ ਵੇ ਸਾਡੇ ਵੱਲੋਂ ਜਵਾਬ ਹੈ ਠੀਕ ਹੈ ਚੰਗਾ ਭਾਈ ਜਿੰਨੇ ਮਰਜ਼ੀ ਕਰੋ ਚੰਗਾ ਮੈਂ ਤਾਂ ਚੱਲਦਾ ਦੇਖ ਲੈ ਉਹ ਵਰਤ ਦਾ ਪੈਸੇ ਇਸੇ ਨਹੀਂ ਸੀਗੇ ਉਹ ਉਹਦੇ ਸਿਰ ਪਾਈ ਜਾਂਦਾ ਗੱਲ ਉਹਦੇ ਸਿਰ ਪਾਈ ਜਾਂਦਾ ਗੱਲ ਬਾ ਚਮੜਾ ਆ ਜਮਾ ਤੇਰਾ ਚਮੜਾ ਹੈ ਜਿੰਨਾ ਤੂੰ ਮੇਰਾ ਕਾਹਦੇ ਨਾਲ ਚਮੜਾ ਹੈ ਤੂੰ ਕਹਿੰਦੀ ਕਿ ਲਿਆ ਦੇ 2 ਲੱਖ ਰੁਪਏ ਦੱਸ ਇਹਨੇ ਕੀ ਕਰਨਾ 2 ਲੱਖ ਰੁਪਏ ਤੇ ਫਿਰ ਹੁਣ ਆਪਾਂ ਆਪਦੇ ਆ ਪਹਿਲੀ ਤਾਂ ਨਹੀਂ ਫਰਕ ਪਾਉਣਾ ਸੀ ਹੁਣ ਦੇਣੇ ਦਿੱਤੀਆਂ ਪੁੱਤਾਂ ਨੂੰ ਦੇਣ ਵਾਸਤੇ ਨਾ ਹੁਣ ਲੈ ਲੈ ਜੋ ਆਪਣਾ ਫਰਕ ਪੈ ਗਿਆ ਹੁਣ ਕੀ ਹੋ ਗਿਆ ਹੁਣ ਨਹੀਂ ਪਿਆ ਹੁਣ ਬਣਾਈ ਬੈਠਾ ਕਿ ਮੈਂ 60 ਹਜ਼ਾਰ ਸ਼ਰਾਬ ਦੇ ਲਾ ਗਿਆ 60 ਹਜ਼ਾਰ ਦੀ ਸ਼ਰਾਬ ਇਹਨੇ ਕਰੀ ਲਿਆ ਕੇ ਪਿਆ ਤੇ ਕਿਹਨੂੰ ਪਿਆ ਤੇ 60 ਹਜ਼ਾਰ ਦੀ ਬੋਲ ਮੈਂ ਤਾਂ ਆਪ ਜੱਜ ਮੰਨ ਗਈ ਵੀ 60 ਹਜ਼ਾਰ ਦੀ ਸ਼ਰਾਬ ਤੇ ਇੰਨੇ ਪੈਸੇ ਤੇ ਡੂੜਦਾ ਬੰਦਾ ਸੀ ਉੱਥੇ ਇਹਦਾ ਸਾਰਾ ਦਿਨ ਨਾ ਸਾਰਾ ਦਿਨ ਪੈਸਿਆਂ ਨੂੰ ਖਾਊ ਖਾਊ ਕਰਦਾ ਜਿੰਨੇ ਪੈਸੇ ਇਹ ਖਰਾਬ ਕਰਦਾ ਇਹਨੇ ਕਿਸੇ ਨੇ ਪੈਸੇ ਖਰਾਬ ਕਰੀ ਨਹੀਂ ਗਏ ਫਿਰ ਆਪਾਂ ਤਾਂ ਹੁਣ ਜੇ ਆਪਾਂ ਲਿਆਈ ਸੀ ਆਪਾਂ ਤਾਂ ਕਰਨਾ ਹੀ ਪਊ ਕੋਈ ਹੱਲ ਉਹਦੇ ਪੈਸਿਆਂ ਦਾ ਹੱਲ ਕੀ ਕਰਨਾ ਪਊਗਾ ਮੈਂ ਤਾਂ ਬਾਹਰ ਇਹਦੇ ਸਿਰਾ ਵੇਚੂੰਗਾ ਜੇ ਵੇਚਣਾ ਪਏਗਾ ਮੈਂ ਤੈਨੂੰ ਦੱਸ ਦੇਣਾ ਗੱਲ ਤੂੰ ਐਂ ਕਰ ਲਈ ਫਿਰ ਤੈਨੂੰ ਕੌਣ ਹਟਾਊਗਾ ਤੂੰ ਫੇਰ ਵਿਚਾਰੇਗੀ ਪੂਛ ਜੀ ਮਾਰੇ ਨਹੀਂ ਹਾਂ ਮੈਂ ਵਿਚਾਈ ਵੀ ਅੜੀ ਜਾਊਂਗੀ ਜਦੋਂ ਐਡੀ ਵੱਡੀ ਗੱਲ ਜ਼ਬਾਨ ਤੇ ਹਰੇ ਤਾਂ ਹੁੰਦਾਗਾ ਕਿਹੜਾ ਉਹ ਜਾਂਦਾ ਬੰਟੂ ਕੋਲ ਤਾਂ ਹੁਣ ਸਰਪੰਚ ਜਾਊਗੀ ਫਿਰ ਜਿਵੇਂ ਗੱਲ ਹੋ ਗਈ ਕੀ ਕਰਦਾ ਬੰਟੂ ਦੇਖਦੇ ਜਨਾਬ ਬੰਟੂ ਕੋਈ ਹੱਲ ਹੋਇਆ ਇਹ ਮੈਂ ਤਾਂ ਬਾਈ ਬਾਹਰ ਇਹਦੇ ਹਿੱਸੇ ਦਾ ਵੇਚੂਗਾ ਅੱਜ ਖਾ ਲਾ ਸਵੇਰੇ ਖਾ ਲਾ ਮੈਂ ਤੈਨੂੰ ਇੱਕ ਗੱਲ ਦੱਸ ਮੈਂ ਉਹ ਜਵਾਗ ਦਾ ਗੱਲ ਨਹੀਂ ਘੋੜਦਾ ਫਿਰ ਕਰਨਾ ਹੀ ਪਊ ਆਪਾਂ ਤਾਂ ਹੱਲ
लिया लिया चाह पी और पी के घुट मैं भी खेत च गेड़ा मारा मैं ठीक है मैं भी साफ सफाइया कर दा ब्याह दा करके ना बाहर करे खलारा पिया पिया झाड़ू पोछा कर दा नाल तो सफाइया कर दा मैं ता ए कहंदा सी भी कोई झाड़ू वाली ओ काम धंधे वाली मैं पूछ लेना पिंड चो नहीं जी नहीं रहन दो क्योंकि एड़ा बड़ा घर आ मैं कल्ली हुनी हां मैं हुनी हां बोर सारा दिन ते मैं आप ही काम कर लूं नाले मेरा टाइम पास हो जाऊ मेरा जी नहीं लगदा सुनने च मैं परिवार चो आई हां थानू पता चल कोई गल नहीं फिर मार ले झाड़ू और ओथे एड़ा बड़ा परिवार सी चलो मैं कर चंगा सरपंच साहब तो रहे ਸਸਿਕਾਲ ਜੀ ਵਧੀਆ ਜੀ ਵਧੀਆ ਚਾਹ ਮਗਾਵਾ ਜੀ ਲੈ ਬਾ ਚੜਦੀ ਖਲਾਉਣੀ ਪੀ ਕੇ ਹੋਰ ਗਿਆ ਵਧੀਆ ਹੋ ਗਿਆ ਬਸ ਹੋ ਗਿਆ ਜੀ ਬਸ ਜਿਵੇਂ ਹੋਣਾ ਸੀ ਵਿਆਹ ਨੇ ਤਾਂ ਚਲੋ ਪਰਿਵਾਰਾਂ ਦਾ ਕੰਮ ਇਹ ਜੀ ਹੁੰਦਾ ਕੋਈ ਹੋਰ ਹੋਰ ਸੁਣਾਓ ਤੁਸੀਂ ਕਿਵੇਂ ਗੇੜਾ ਮਾਰਿਆ ਮੈਂ ਤਾਂ ਪਤਾ ਨਹੀਂ ਨਹੀਂ ਕਿਵੇਂ ਸੀ ਮੈਂ ਸਮਝ ਨਹੀਂ ਤੇਰਾ ਬਾਪੂ ਦੋੜਾ ਕਰ ਵੀ ਆ ਜਾ ਇਹਦੇ ਵਿਆਹ ਖਾਤਰ ਮੇਰੇ ਵਿਆਹ ਖਾਤਰ ਹਾਂ ਨਹੀਂ ਜੀ ਸਾਨੂੰ ਭੁਲੇਖਾ ਲੱਗ ਗਿਆ ਹੋਊਗਾ ਇੰਨੇ ਕੁ ਪੈਸੇ ਤਾਂ ਮੈਂ ਪਹਿਲਾਂ ਹੀ ਇਕੱਠੇ ਕਰੀ ਬੈਠਾ ਸੀਗਾ ਨਾ ਨਾ ਵੱਡਾ ਤੇ ਉਹ ਦੋਨੇ ਗਏ ਮੇਰੇ ਕੋਲ ਛੋਡੇ ਵਾਲਾ ਦੇਖੋ ਜੀ ਉਹ ਵੱਡੇ ਨੂੰ ਲੋੜ ਹੋਊਗੀ ਪੈਸਿਆਂ ਦੀ ਮੈਂ ਤਾਂ ਕੋਈ ਪੈਸਾ ਨਹੀਂ ਫੜਿਆ ਹੈਗਾ ਜੇ ਮੈਂ ਕਿਸੇ ਤੋਂ ਪੈਸਾ ਮੰਗਿਆ ਮੈਂ ਖੁਦ ਗਿਆ ਜੀ ਇੰਨੀ ਗੱਲ ਮੈਨੂੰ ਉਹਨਾਂ ਨੇ ਦੱਸੀ ਨਹੀਂ ਵੀ ਆਪਣਾ ਮੰਟੂ ਦੇ ਕੋਲ ਤਾਂ ਹੈਗੇ ਸਾਨੂੰ ਤਾਂ ਲੋੜ ਨਹੀਂ ਉਹ ਤਾਂ ਕਹਿੰਦਾ ਯਾਰ ਮੰਟੂ ਦਾ ਵਿਆਹ ਤੇ ਪੈਸਿਆਂ ਦੀ ਲੋੜ ਆ ਸਾਨੂੰ ਨਹੀਂ ਦੇਖੋ ਜੀ ਸਰਪੰਚ ਸਾਹਿਬ ਜੀ ਉਹ ਤਾਂ ਗੱਲ ਤੁਹਾਡੀ ਠੀਕ ਹੈ ਜੇ ਪੈਸੇ ਉਹ ਲੈ ਕੇ ਆ ਤਾਂ ਉਹਨਾਂ ਤੋਂ ਮੰਗੋ ਜੀ ਜੇ ਮੈਂ ਸੋ ਤੋਂ ਕੋਈ ਰੁਪਈਆ ਫੜ ਕੇ ਲਿਆ ਮੈਂ ਦੇਣਦਾਰ ਹਾਂ ਫਿਰ ਤਾਂ ਯਾਰ ਤਾਂ ਉਹਨਾਂ ਨੇ ਮੈਨੂੰ ਤੇਰਾ ਮਕਾਨ ਗਹਿਣੇ ਦਿੱਤਾ ਇਹ ਮਕਾਨ ਗਹਿਣੇ ਦਿੱਤਾ ਜੀ ਤੇਰਾ ਆ ਸੀ ਮੇਰੇ ਕੋਲ ਕਾਗਜ਼ ਉਹਨਾਂ ਨੇ ਇਹ ਗੱਲ ਕਹੀ ਆ ਵੀ ਜੇ ਨਾ ਉਹ ਕਰਿਆ ਤਾਂ ਪੜ ਕੇ ਦੇਖ ਲਾ ਆਪਦਾ ਵੀ ਜੇ ਨਾ ਪੈਸੇ ਦਿੱਤੇ ਤਾਂ ਆਪਦਾ ਖਾਲੀ ਕਰਾ ਲਈ ਕਬਜ਼ਾ ਤੇਰਾ ਹੋ ਜੂਗਾ ਇਹ ਤਾਂ ਕਮਾਲ ਹੈ ਪਰ ਮੈਂ ਪੈਸਾ ਨਹੀਂ ਕੋਈ ਫੜਿਆ ਹੈਗਾ ਜੀ ਦੇਖੋ ਮੇਰੀ ਗੱਲ ਸੁਣ ਫੇਰਾ ਤੂੰ ਮੇਰੇ ਕੋਲ ਜਮਾ ਨਹੀਂ ਆਇਆ ਮੈਂ ਤੈਨੂੰ ਇਹ ਗੱਲ ਕਹਿਣਾ ਵੀ ਤੂੰ ਨਹੀਂ ਲਿਆ ਪਰ ਤੇਰੇ ਮਾਂ ਪਿਓ ਨੇ ਨਾ ਉਹ ਕਹਿੰਦੇ ਮੰਟੂ ਤੋਂ ਲੈ ਹੁਣ ਮੈਂ ਖੜੇ ਪੈਰ ਤੇ 2 ਲੱਖ ਰੁਪਏ ਕਿੱਥੋਂ ਕਰ ਸਕਦਾ ਜੀ ਮੈਂ ਤੈਨੂੰ ਟਾਈਮ ਦਿੰਨਾ 5 ਦਿਨਾਂ ਦਾ ਅੱਛਾ ਜੀ 5 ਦਿਨਾਂ ਤੱਕ ਜਾਂ ਤਾਂ ਮੇਰੇ ਪੈਸੇ ਦਾ ਹੱਲ ਕਰ ਦੀ ਨਹੀਂ ਭਈ ਮਕਾਨ ਖਾਲੀ ਕਰ ਚਲੋ ਕੋਈ ਗੱਲ ਨਹੀਂ ਸਰਪੰਚ ਸਾਹਿਬ ਜੀ ਮੈਂ ਕਰਦਾ ਪੈਸਿਆਂ ਦਾ ਹੱਲ ਪਰ ਮੈਂ ਇਹ ਪੈਸੇ ਵਰਤੇ ਨਹੀਂ ਹੈਗੇ ਉਹਨਾਂ ਦੀ ਗੱਲ ਬਹੁਤ ਮਾੜੀ ਹੈ ਤੈਨੂੰ ਦੱਸਣਾ ਸੀਗਾ ਜਦੋਂ ਪੈਸੇ ਲੈਣ ਤੇ ਆਪਦਾ ਤੂੰ ਇਹ ਕੰਮ ਕਰ ਲਈ ਠੀਕ ਹੈ ਕਿ ਨਹੀਂ ਚਲੋ ਕੋਈ ਗੱਲ ਨਹੀਂ ਜੀ ਚੰਗਾ ਮੈਂ ਚੱਲ ਪਤਾ ਹੱਦ ਹੀ ਕਰਤੀ ਇਹਨਾਂ ਨੇ ਵੀ ਮੇਰਾ ਮਕਾਨ ਆ ਮੈਨੂੰ ਤਾਂ ਪੁੱਛ ਲੈਂਦੇ ਨਾਲੇ ਮੈਨੂੰ ਤਾਂ ਪੈਸੇ ਚਾਹੀਦੇ ਵੀ ਨਹੀਂ ਹੈਗੇ ਸੀ ਇੰਨਾ ਕੁ ਤਾਂ ਮੈਨੂੰ ਪਤਾ ਵੀ ਵੱਡੇ ਨੂੰ ਪੈਸੇ ਚਾਹੀਦੇ ਸੀ ਉਹਨੇ ਕੰਮ ਚਲਾਉਣਾ ਸੀ ਪਰ ਮਾਂ ਪਿਓ ਨੇ ਇਹ ਕੀ ਕੀਤਾ ਵੀ ਜੇ ਗਹਿਣੇ ਰੱਖਣਾ ਸੀ ਉਹਦਾ ਮਕਾਨ ਗਹਿਣੇ ਰੱਖ ਦਿੰਦੇ ਗਾ ਗਹਿਣੇ ਵੀ ਰੱਖਤਾ ਤੇ ਐਂ ਵੀ ਲਿਖਾਤਾ ਵੀ ਜੇ ਨਹੀਂ ਪੈਸੇ ਮੋੜਦਾ ਤਾਂ ਮਕਾਨ ਤੇ ਕਬਜ਼ਾ ਕਰ ਲਈ ਚੱਲ ਮਣਾ ਕੋਈ ਨਾ ਕੋਈ ਹੱਲ ਤਾਂ ਕਰਨਾ ਪਊਗਾ ਬਹੁਤ ਮਿਹਨਤ ਨਾਲ ਪੰਜੀ ਜੋੜ ਕੇ ਇਹ ਮਕਾਨ ਪਾਇਆ ਐ ਨਹੀਂ ਮੈਂ ਜਾਣ ਦਿੰਦਾ ਹੈਗਾ ਇਸ ਮਕਾਨ ਨੂੰ ਮੈਨੂੰ ਤਾਂ ਹੱਲ ਕਰਨਾ ਹੀ ਪਊਗਾ ਚਾਹ ਵੀ ਨਹੀਂ ਟੱਪਦੀ ਹੁਣ ਤਾਂ ਬੜਾ ਵੱਡਾ ਬਣਿਆ ਫਿਰਦਾ ਹੁੰਦਾ ਮੈਂ ਰਾਤ ਨੂੰ ਚੀਕਾਂ ਮਾਰ ਮਾਰ ਰੋਇਆ ਕਰੂਗਾ ਵੱਡਾ ਸਿਆਣਾ ਤੂੰ ਦੱਸ ਕੋਲੋਂ ਪਾਉਣੀਆਂ ਸੀ ਯਾਰ ਤਾਂ ਛਾਪਾਂ ਮੁੱਕਰ ਗਿਆ ਅਗਲੇ ਨੇ ਪਾਉਣੀਆਂ ਸੀ ਤੂੰ ਜੇ ਵੀ ਵੱਡਾ ਬਣਿਆ ਬੇਟਾ ਮੈਂ ਦਾਜ ਵਿਰੁੱਧ ਦਾਜ ਨਹੀਂ ਦੇਣ ਦਿੰਦਾ ਫਲਾਨਾ ਨਹੀਂ ਦੇਣ ਦਿੰਦਾ ਤੇ ਅਗਲੇ ਨੇ ਪਾਉਣੀਆਂ ਸੀ ਪਾਈ ਜਾਂਦੇ ਚੰਗੇ ਭਲੇ ਵਿੱਚ ਅਸੀਂ ਚੰਡੜਾਈ ਨਹੀਂ ਜੀ ਮੈਨੂੰ ਕੋਈ ਲੋੜ ਨਹੀਂ ਸਾਡੇ ਕੋਈ ਰਿਸ਼ਤੇਦਾਰ ਨੂੰ ਲੋੜ ਨਹੀਂ ਬੇਇੱਜ਼ਤੀ ਕਰਾ ਕੇ ਧਰਤੀ ਉਹ ਵੀ ਵੱਡੇ ਭਰਾ ਦੀ ਕੋਈ ਨਾ ਲਊਂ ਬਾਤਲਾ ਪਤਾ ਤਾਂ ਹੁਣ ਹੀ ਲੱਗੂਗਾ ਉਹ ਆਉਂਦਾ ਪੂਛ ਤੇ ਅੱਗ ਲੱਗੀ ਹੁੰਦੀ ਹੈ ਹੈਪੀ ਉਹ ਮੇਰੀ ਗੱਲ ਸੁਣ ਸਰਪੰਚ ਆਇਆ ਸੀ ਘਰੇ ਫਿਰ ਆਈ ਜਾਵੇ ਮੈਂ ਕੀ ਕਰਾਂ ਉਹ ਨਹੀਂ ਯਾਰ ਗੱਲ ਤਾਂ ਸੁਣ ਲੈ ਪਹਿਲਾਂ ਕਾ ਗੁੱਸੇ ਕਾਸ ਤੋਂ ਹੁੰਦਾ ਹਾਂ ਮੇਰੀ ਗੱਲ ਸੁਣ ਲੈ ਯਾਰ ਉਹ ਕਹਿੰਦਾ ਵਿਆਹ 'ਚ ਤੁਸੀਂ ਹੈਪੀ ਤੁਹਾਡਾ 2 ਲੱਖ ਰੁਪਇਆ ਫੜ ਕੇ ਲਿਆ ਭਰਾ ਵਿਆਹ 'ਚ ਤਾਂ ਮੈਨੂੰ ਪੈਸਿਆਂ ਦੀ ਲੋੜ ਹੀ ਨਹੀਂ ਹੈਗੀ ਤੂੰ ਕਾਸ ਤੋਂ ਫੜ ਕੇ ਲਿਆ ਫਿਰ ਜੇ ਬਾਈ ਮੈਂ ਪੈਸੇ ਫੜੇ ਹੁਣ ਕਿਸੇ ਕੋਲ ਫੇਰ ਹੀ ਹੈ ਮੈਂ ਕਿ ਪੈਸੇ ਕਾਹਦੇ ਵਾਸਤੇ ਜੇ ਮੈਨੂੰ ਕੋਈ ਲੋੜ ਹੀ ਨਹੀਂ ਪੈਸਿਆਂ ਦੀ ਮੈਂ ਕਾਹਦੇ ਵਾਸਤੇ ਪੈਸੇ ਫੜੂੰਗਾ ਭਾਈ ਮੇਰੇ ਕੋਲ ਤਾਂ ਕੋਣਾ ਲੱਗ ਗਿਆ ਰੁਪਏ ਤੇਰੇ ਵਿਆਹ 'ਚ ਉਹ ਯਾਰ ਕੋਲੋਂ ਤਾਂ ਹੁਣ ਮੈਨੂੰ ਪਤਾ ਹੀ ਹੈ ਜਿੱਥੇ ਪੈਸੇ ਲੱਗਿਆ ਮੈਂ ਤਾਂ ਇਹ ਗੱਲ ਕਹਿੰਦਾ ਭਰਾਵਾ ਉਹ ਮੈਨੂੰ ਇਹ ਕਹਿੰਦਾ ਸੀ ਕਹਿੰਦਾ ਬੇਬੇ ਬਾਪੂ ਤੇ ਹੈਪੀ ਪੈਸੇ ਫੜ ਕੇ ਲਏ ਆ ਗਾਹ ਮੇਰੀ ਗੱਲ ਸੁਣ ਲੈ ਮੇਰੇ ਵਾਲਾ ਮਕਾਨ ਦੇ ਉਹਦੇ ਕੋਲ ਕਾਗਜ਼ ਰੱਖਤੇ ਯਾਰ ਯਾਰ ਐਡਾ ਤਾਂ ਤੂੰ ਵੀ ਸਿਆਣਾ ਹੈ ਤੇਰੇ ਮਕਾਨ ਤੇ ਮੈਂ ਕਿਵੇਂ ਰੁਪਈਏ ਫੜ ਲੂੰਗਾ ਕਿਸੇ ਤੋਂ ਜੇ ਤੂੰ ਫੜੇ ਹੋਣਗੇ ਅਗਲੇ ਨੂੰ ਦੇਣੇ ਪੈਣਗੇ ਬਈ ਮੈਂ ਕੋਈ ਰੁਪਈਆ ਨਹੀਂ ਫੜਿਆ ਉਹ ਯਾਰ ਗੱਲ ਉਹ ਨਹੀਂ ਹੈਗੀ ਦੱਸ ਹੁਣ ਅਗਲਾ ਤਾਂ ਮੇਰਾ ਮਕਾਨ ਖਾਲੀ ਕਰਾਉਣ ਆਇਆ ਸੀ ਅੱਜ ਉਹ ਤਾਂ ਅਗਲਾ ਬਈ ਜੇ ਤੂੰ ਫੜੇ ਆ ਤਾਂ ਤੈਨੂੰ ਦੇਣੇ ਵੀ ਪੈਣਗੇ ਮਕਾਨ ਵੀ ਖਾਲੀ ਕਰਨਾ ਪਊਗਾ ਠੀਕ ਹੈ ਮੈਂ ਕੋਈ ਰੁਪਈਆ ਫੜਿਆ ਨਹੀਂ ਨਾ ਮੈਂ ਫੜਾਂ ਨਾ ਮੈਨੂੰ ਕੋਈ ਲੋੜ ਹੈ ਚੱਲ ਉਹ ਤਾਂ ਠੀਕ ਹੈ ਬੇਬੇ ਬਾਪੂ ਘਰੇ ਆ ਫਿਰ ਮੈਂ ਘਰੇ ਜਾਣਾ ਮੇਰੇ ਘਰੇ ਜਾਣ ਦੀ ਲੋੜ ਨਹੀਂ ਦੇਖ ਜਿੱਦੇ ਬੇਬੇ ਬਾਪੂ ਤੇਰੇ ਘਰੇ ਆ ਗਏ ਉਹਦੇ ਗੱਲ ਕਰ ਲਈ ਠੀਕ ਹੈ ਸਾਡੀ ਹੁਣ ਤਾਂ ਕੱਲ ਤਾਂ ਤੂੰ ਘਰੋਂ ਕੱਢ ਕੇ ਆਣਾ ਅੱਜ ਤੂੰ ਬੇਬੇ ਬਾਪੂ ਨੂੰ ਘਰੋਂ ਵਾਲਾ ਹੋ ਗਿਆ
यार मैं करो कि थोनू ही पता नहीं की हो गया, पहला तेनू हो गया, तू तुर गया मुड़ के बेबे बापू तुर गया, मैं करो कि जाइए ना छापा तू गोला पाया से उपरावा। मेरी गल सुन ला छापा वाली कि यार आप सरदे बरदे है दस आप उन्होंने छापा ते बैठे यार साड़िया का बीड़िया से मैं तो भी बंद जान पछाण से मेरी तो मेरी रिश्ते नक रह गया मेरे तो रिश्ते ने यही बीड़ी सी मैं जो पवाइया से मैं पाइया से हूं पवाणिया भी सी यार वो छड मेरे दिमाग से बोझ पिया पा मैं दस हूं की करा अगला मेरा मकान खाली करे भाई बोझ पवे कुछ पवे अगले का भाई जो तू रुपये फड़े तो देने पैण गया मकान खाली कर कुछ कर मेरे घरे मरण की लड़ नहीं अदा तुरता बन ओ यार हैप्पी फिर उही गल मैं तेरा बड़ा भाई करके इज्जत करी है जो मैं यार तो रुपया फड़े ही नहीं है इज्जत कराने की गल है यार फिर मैं तू एडा तू भी सेना है कि तेरे मकान से मैं पैसे किए ले लूंगा चल भरावा मर्जी है कोई गल नहीं मैं तो सरपंच नाल ही फिर इकट्ठ करदा बेबे बापू नूं मैं सदूंगा जे घरों रोकदा तां कोई गल नहीं मैं पंचायत कर सद लैंदा फिर कितें सद ला अपना पंचायत सद ला कोर्ट च वग जा कितें मर्जी वग जा जो कागज तेरे है उत्थे तेरी बेइज्जती तैनूं सारा कुछ तेरे तू भूगा ओ भरावा एडा दस मेरे नाल यार एडी माड़ी क्यों करी ने भरा मैं तेरा दस जदों तैनूं तां पता है ना जो तू नहीं भरा वाली सोची ओए तू मेरी सोची चल भरावा मर्जी है चल कोई गल नहीं हल तो मैं करूंगा मेरा तो मकान जाता ना सोनू तो गल भी मकान अजय की मकान भालदा तू मैं करूंगा बसेरा कुछ तू मेरी जमीन इज्जत रखी वड्डा सियाणा हाँ हाँ भाई आ जाओ कोई ना तुसी ब्याह आ जाओ ऐसो लै जाऊ मैं सोनू चढ़ा के मूहरू माखा बोर्ड तो कोई ना चल जो आ गए तेरा मूहरे आके उदो फोन कर दो लै जाऊ आके कोई नहीं आ लुट्टा खोहाई वाले वाले खड़े होंगे ने फिर मैं करदा फोन ओके मैं बंटू माड़ी है भरावा मैं तेरे को आया सी यार क्यों की हो गया यार की नहीं होया वो पुछ क्यों गल दस की होगी टेंशन की है तेन वो यार टेंशन की है यार आ साडे वाले तेरे बापू तो 2 लाख रुपया फड़ लिया बड़ा हाँ तो मैं तेन दसे सी फड़े है उन्होंने वो फड़े तो वह साफ मुकर गए तेरा बापू घरे आया सी अज मेरे आले मकान से वो कराई बैठे गांह पर नोट च पता की लिखाया होया भी जे पैसे नहीं देगा मकान खाली करा ला यार मैं 2 लाख रुपया जो वरत्या नहीं मैं फड़िया नहीं है दस हूँ मैं की करा यार वो तो फिर उदो देखना सी ना प्रनोट तर जी चीज़ लिखी जाती होंगी बस पहला पढ़ी दी होंगी भी हाँ जो गूठे ला के साइन हो गए फिर तो मंटू प्रनोट ही चलता होंगे वो मगरी चलना पू मैं तो ऐ कहता यार मैं ना भी बंदे इकट्ठे कर दा उधरों बेबे बापू नूं सादा नाले साडे वाले नूं सादा होर यार जो मैं रुपये ही नहीं फड़े हाँ मैं ये गल मानता भी प्रनोट मेरे मकान पर भरया होया तो यार जो मैं पैसे नहीं फटे मैं बंदे कट्ठे करके फिर कोसता मेरा हल होगा यार बंदे कट्ठे करके की करेगा तू किनू सदेगा पंचायत पंचायत हूँ तेरे बापू नूं सदूंगा पिंड का मुखी उही है तो फिर प्रनोट तो तूसे को ही है वो पैसे देन च भी पूरा खरा है तो लैन च भी पूरा खरा है पैसों च उन्हें कोई लिहाज नहीं रखनी पैसे तो मंटू जो प्रनोट भर गया भरावा तेन देने पैणगे तू मेरा लिहाजिया चल इन्नी बचत करदा भी जे तू काम का होर वाधा करेगा ना प्रनोट वाला फिर गल थाने थूने बग जाती फिर तेरा बापू ना अज घरे आया से मैं कहता भी 5 दिन दिते शेरा कहता या तो 2 लाख रुपया दे नहीं मकान खाली कर दे हूँ यार मैनू तो समझ नहीं आती मैं की करा कोई हल कर दे यार मेरा हल तो मैं तेरा यह कर सकता भी चल जिम्मे अपनी वधिया है ना भी इतने उन्हें तेन 5 दिन कहा मैं चल 15 दिन कह देना वे बापू कर लेना भी चल मजबूरी होंगी ए करके भी वे पैसे आने किसी पास्य पर ए जवान के बई बन के पक्का रही मेरी ना बेइज्जती करवा दी हाँ मैं उन्होंने कह कहा कि दिन तो लै लेना बद यार हूँ मैं की करा जे मैं पैसे नहीं भरता है तो मेरा घर जाता हल तो मैं कोई करना पेगा चल बई बन के ना चल कोई गल नहीं यार मैं करदा हल हूँ क्योंकि जे मैं मुकरना मेरे तो मकान खाली कर देने दसो 2 लाख का थोड़ी है वो तो 20 लाख का मकान आता सै थोड़ी छड़ दूंगा चल कोई गल नहीं काले तू तेरे बापू कह के ना 15 दिन खड़ा ला इन्हें ना मैं कोई ना कोई हल जरूर कर दूंगा चंगा कोई ना चल तो कह लूँ मैं कोई ना टेंशन ना लै वो कह देना मैं चंगा तू पैसों का कर कोई अरेजमेंट किसी को फट फुट कोई गल नहीं बड़ा हल करा दी मेरा ना ना कोई ना लै लोगों का ही बड़ा हूँ पैसे देते ठीक है तेरा डंग लाता भी चल जी प्रनोट च भरी गई चीज़ तो उही होंगी हूँ बापू को कह दें भी चल खड़ जू यार 15 दिन हूँ भी मूँह मत्थे लगता आखन के लिया सी तो इन्ना भी नहीं कर गया कह दें बापू भी चल की गल हो गई जी अज इन्ना जल्दी है टेंशन जी च लगते हो कुछ नहीं हो फिर भी दसो तो सही मैनू2 लाख रुपया मेथों लेना आया सवेरे मेरी मेनू गल थोड़ी ए नहीं समझ आई
2 लाख रुपया उन्होंने फड़िया ते लैण थोड़े तो आया, आपां क्यों दईए? ओही तां मेरी नहीं समझ आउंदा सीगा, ओह कहिंदा ब्याह वास्ते फड़े ने। मैं उन्हें जवाब दिता भी मैं तां पैसे दे नहीं सकदा, क्यों? ब्याह च तां मैनूं पैसे दी लोड़ ही नहीं, मेरे कोल इन्ने क पैसे हैगे सी। ओह कहिंदा जे नहीं देने हैगे, कहिंदा इह मकान खाली कर दे, कहिंदा इस मकान ते 2 लाख रुपया लिता उन्होंने। आ मकान ते ओह हो रिहा, इह तुसीं आप बणाया सी जी, फिर इह किवें हो गया? ਮੈਨੂੰ ਵੀ ਨੀ ਸਮਝ ਆਉਂਦੀ ਹੈਗੀ। ਮੈਂ ਤਾਂ ਨਾ ਗਿਆ ਸੀਗਾ, ਜਾਂਦਾ ਤਾਂ ਘਰੇ ਸੀ, ਮੈਨੂੰ ਹੈਪੀ ਟੱਕਰ ਗਿਆ ਖੇਤ 'ਚ। ਮੈਂ ਉਹਦੇ ਨਾਲ ਗੱਲ ਕੀਤੀ, ਉਹ ਕਹਿੰਦਾ ਭਰਾਵਾ ਜੇ ਲਿੱਤੇ ਤਾਂ ਉਹਦਾ ਸਾਫ ਮੁੱਕ ਰਿਹਾ, ਕਹਿੰਦਾ ਅਸੀਂ ਤਾਂ ਨਾ ਤਾਂ ਕੋਈ ਪੈਸਾ ਲੈ ਕੇ ਆਇਆ ਨਾ ਅਸੀਂ ਪੈਸੇ ਦਈਏ, ਕਹਿੰਦਾ ਤੇਰਾ ਮਕਾਨ ਖਾਲੀ ਕਰਾਉਂਦਾ ਕਰਾ ਲਏ, ਜੇ ਨਹੀਂ ਖਾਲੀ ਕਰਾਉਣਾ ਹੈਗਾ ਕਹਿੰਦਾ 2 ਲੱਖ ਰੁਪਇਆ ਤੂੰ ਭਰ ਦੇ। ਮੈਂ ਕਿਹਾ ਚੰਗਾ ਫਿਰ ਮੈਂ ਮਾਂ ਪਿਓ ਨਾਲ ਗੱਲ ਕਰਦਾ। ਕਹਿੰਦਾ ਜੇ ਮੇਰੇ ਘਰੇ ਵੜ ਗਿਆ ਹਿਸਾਬ ਲਾ ਲਈ, ਕਹਿੰਦਾ ਸਾਡੀ ਵੀ ਇੱਜ਼ਤ ਆ। ਫਿਰ ਹੁਣ ਕੀ ਕਰੀਏ ਜੀ ਆਪਾਂ? ਉਹ ਹੁਣ ਕੀ ਕਰਨਾ ਦੱਸ, ਉਹ ਮੈਨੂੰ ਸਰਪੰਚ ਦਾ 5 ਦਿਨਾਂ ਦਾ ਟਾਈਮ ਦੇ ਕੇ ਗਿਆ ਸੀ, ਕਹਿੰਦਾ 5 ਦਿਨਾਂ 'ਚ ਜੇ ਪੈਸੇ ਦੇ ਦੇਗਾ ਤਾਂ ਠੀਕ ਹੈ, ਨਹੀਂ ਕਹਿੰਦਾ ਮੈਂ ਮਕਾਨ ਖਾਲੀ ਕਰਾ ਲੂੰਗਾ। ਤੇ ਉਹਦਾ ਮੁੰਡਾ ਟੱਕਰਿਆ ਸੀ, ਉਹ ਮੇਰਾ ਯਾਰ ਦੋਸਤ ਹੈ, ਮੇਰੇ ਨਾਲ ਹੀ ਪੜ੍ਹਦਾ ਹੁੰਦਾ ਸੀਗਾ। ਉਹ ਮੈਨੂੰ ਕਹਿੰਦਾ ਵੀ ਯਾਰ ਦੇਖ ਪੈਸੇ ਦਾ, ਕਹਿੰਦਾ ਦੇਖ ਜਦੋਂ ਪ੍ਰਨੋਟ ਕਹਿੰਦਾ ਤੇਰੇ ਨਾਂ ਤੇ ਭਰਿਆ ਹੋਇਆ ਉਹ ਪੈਸੇ ਦਾ, ਕਹਿੰਦਾ ਤੈਨੂੰ ਦੇਣੇ ਪੈਣਗੇ ਚਾਹੇ ਮਕਾਨ ਖਾਲੀ ਕਰ ਲਾ। ਕਹਿੰਦਾ ਹਾਂ ਮੈਂ ਇੰਨਾ ਕਰਾ ਸਕਦਾ ਵੀ 5 ਦਿਨ, ਕਹਿੰਦਾ ਮੇਰਾ ਬਾਪੂ ਦੇਖ ਕੇ ਗਿਆ, ਮੈਂ 15 ਦਿਨ ਖੜਵਾ ਸਕਦਾ। ਫਿਰ ਵੀ ਜੀ 15 ਦਿਨਾਂ 'ਚ ਵੀ ਆਪਾਂ 2 ਲੱਖ ਦਾ ਹੱਲ ਤਾਂ ਕਿਤੋਂ ਵੀ ਨਹੀਂ ਕਰ ਸਕਦੇ ਨਾ। ਨਹੀਂ ਹੱਲ ਤਾਂ ਦੇਖ ਜਦੋਂ ਅਗਲੇ ਤਾਂ ਹੁਣ ਉਧਰੋਂ ਮਾਂ ਪਿਓ ਹੱਥ ਖੜੇ ਕਰ ਗਏ, ਹੈਪੀ ਦਾ ਤਾਂ ਪਤਾ ਹੀ ਸੀ ਵੀ ਉਹ ਤਾਂ ਹੱਥ ਖੜੇ ਕਰੇਗਾ, ਪੈਸੇ ਉਹਨਾਂ ਨੇ ਲੈ ਕੇ ਵਰਤ ਲਏ ਹੈਪੀ ਨੇ। ਪਰ ਮੇਰੀ ਗੱਲ ਸੁਣੇ, ਜਦੋਂ 2 ਲੱਖ ਦਾ ਹੱਲ ਨਾ ਕੀਤਾ ਨਾ ਤੇ 20 ਲੱਖ ਦਾ ਮਕਾਨ ਜਾਂਦਾ, ਤੇ ਇਹ ਮਕਾਨ ਨੂੰ ਮੈਂ ਇਸ ਤਰ੍ਹਾਂ ਨਹੀਂ ਜਾਣ ਜਾ ਸਕਦਾ। ਕੋਈ ਨਾ 15 ਦਿਨ ਹੈਗੇ, ਕੋਈ ਨਾ ਕੋਈ ਹੱਲ ਤਾਂ ਮੈਂ ਕਰ ਹੀ ਲਊਂਗਾ। ਚੱਲ ਕੋਈ ਨੀ ਜੀ, ਫਿਰ ਦੇਖੋ ਕਿਵੇਂ ਕਰਨਾ ਹਨਾ। ਹਾਂ ਹੱਲ ਤਾਂ ਕਰਦਾ, ਕਿਉਂਕਿ ਇਹ ਤਾਂ ਬਹੁਤ ਵੱਡੀ ਟੈਨਸ਼ਨ ਆ ਨਾ। ਮਾੜੀ ਮੋਟੀ ਟੈਨਸ਼ਨ ਹੁੰਦੀ ਤਾਂ ਕੋਈ ਨਾ ਚੱਲ ਲੈਂਦੇ, ਚੱਲਾਂਗੇ ਤਾਂ ਇਹ ਵੀ ਚੱਲ ਹੱਲ ਕਰਦੇ ਆ, ਉਹਦਾ ਦਿਮਾਗ ਖਰਾਬ ਹੋਇਆ ਪਿਆ ਮੇਰਾ। ਚੱਲ ਕੋਈ ਨੀ, ਤੁਸੀਂ ਵੀ ਜ਼ਿਆਦਾ ਟੈਨਸ਼ਨ ਨਾ ਲਓ, ਟੈਨਸ਼ਨ ਨਾਲ ਕੁਛ ਨਹੀਂ ਹੁੰਦਾ। ਤੇ ਮੈਂ ਤੁਹਾਨੂੰ ਐਂ ਕਹਿੰਦੀ ਸੀਗੀ ਵੀਰੇ ਨਾਲ ਨਾ ਮੈਂ ਰਾਇ ਕਰ ਲਾਂ ਵੀ ਵੀਰੇ ਅਸੀਂ ਠੀਕ ਪੈਸਿਆਂ ਦਾ ਕਿੱਥੋਂ ਹੱਲ ਕਰੀਏ। ਨਹੀਂ ਯਾਰ, ਉਹ ਕਹੂਗਾ ਦੱਸਾਂ ਜੀ ਕੱਲ੍ਹ ਵਿਆਹ ਕੇ ਆਈ ਹੈ ਇੱਥੇ, ਨਵੀਆਂ ਵਿਆਹਤਾ ਖੜੀਆਂ ਕਰ ਗਈਆਂ, ਉਹ ਕੀ ਸੋਚਣਗੇ ਅੱਕਿਆ ਤੋਂ ਪਹਿਲਾਂ ਪਿਆ ਵੀ ਮੇਰੀ ਭੈਣ ਨਾਲ ਆਹ ਕੁਛ ਕਰਦਾ, ਆਉਂਦੇ ਨੂੰ ਜੇ ਹੁਣ ਆਉਣ ਵਾਲਾ ਆਉਂਦੇ ਨੂੰ ਮੈਂ ਆਹ ਟੈਨਸ਼ਨ ਪਾ, ਉਹਦੇ ਕੋਲ ਹਜੇ ਕੋਈ ਗੱਲ ਨਾ ਕਰੀ ਤੂੰ। ਅੱਛਾ ਗੱਲ ਕਰਾਂ ਨਾ ਵੀਰੇ ਕੋਲ? ਨਾ ਨਾ, ਉਹਦੇ ਕੋਲ ਕੋਈ ਗੱਲ ਨਹੀਂ ਕਰਨੀ ਜੀ, ਤੇਰਾ ਮੈਨੂੰ ਹੱਲ ਕਰਨ ਦੇ, ਜਿੰਨਾ ਕੁ ਹੋਇਆ ਉਨਾ ਕੁ ਕਰਾਂਗੇ, ਹਜੇ ਕੋਈ ਗੱਲ ਨਾ ਕਰੀ, ਠੀਕ ਹੈ? ਠੀਕ ਹੈ ਜੀ, ਨਹੀਂ ਕਰ। ਹਾਂ ਬੰਟੂ ਅੰਦਰ ਰਾਤ ਕੀ ਜਲੂਸ ਕੱਢਿਆ ਇਹਨਾਂ ਨੇ? ਵੀਰੇ ਰਾਤ ਤਾਂ ਬਸ ਪੁੱਛੀ ਨਾ, ਇਹਦਾ ਨਾ ਵੱਡਾ ਭਰਾ ਸ਼ਰਾਬ ਸ਼ਰੂ ਜੀ ਪੀਂਦਾ ਬਾਲੀ, ਉਹਨੇ ਪੀ ਕੇ ਖਰਾਬੀ ਕਰਤੀ, ਮੁੜ ਕੇ ਮੰਮੀ ਪਾਪਾ ਵੀ ਸਾਰੇ ਪਿੱਛੇ ਹੀ ਵਗ ਗਏ ਉਹਦੇ। ਅੱਛਾ, ਆਈ ਨਹੀਂ ਰਾਤ ਦੇ ਘਰੇ? ਨਾ ਆਏ ਨਹੀਂ ਵੀਰੇ, ਬਸ ਰਸਤਾ ਤੇ ਕਰਦੇ ਆਪਾਂ ਨਾਲ ਗੱਲ, ਤੇ ਕੋਈ ਗੱਲ ਨਹੀਂ। ਤੇ ਹੋਰ ਬਾਈ? ਹੋਰ ਬਾਈ ਕਿਵੇਂ ਆ? ਬਸ ਠੀਕ ਆ, ਤੁਸੀਂ ਦੱਸੋ ਠੀਕ ਹੋ? ਠੀਕ ਆ ਜੀ ਯਾਰ। ਅਸੀਂ ਬਾਈ, ਕਿਉਂ ਕੀ ਹੋ ਗਿਆ ਬਾਈ? ਕੀ ਆ ਤੁਸੀਂ ਜਦ ਜਲੂਸ ਕੱਢ ਰੱਖਿਆ ਕੱਲ ਤੋਂ ਰਾਤ ਦਾ? ਉਹ ਬਾਈ ਹੁਣ ਮੈਂ ਦੱਸੋ ਜੀ ਕੀ ਕਰ ਸਕਦਾ, ਉਹ ਸਾਡੇ ਵਾਲੀ ਦਾਰੂ ਪੀਤੀ ਸੀ, ਉਹ ਇੱਥੇ ਕਲੇਸ਼ ਜਿਹਾ ਕਰਨ ਲੱਗ ਗਿਆ, ਬਸ ਮੁੜ ਕੇ ਤੁਹਾਨੂੰ ਪਤਾ ਹੀ ਹੈ ਬਾਈ। ਤੁਹਾਨੂੰ ਪਹਿਲਾਂ ਜਿਹੜੀ ਅਸੀਂ ਗੱਲ ਆਖੀ ਸੀਗੀ, ਇਕੱਲੀ ਇਕੱਲੀ ਆਖੀ ਸੀ ਨਾ, ਤੈਨੂੰ ਪੁੱਛ ਕੇ ਦੱਸ ਰਹੀ ਸੀ ਨਾ ਸਾਰੀ ਗੱਲ ਦੀ ਮੈਂ। ਉਹ ਤਾਂ ਕੀਤੀ ਸੀ, ਤੁਹਾਡੀ ਗੱਲ ਵੀ ਸਹੀ ਹੈ ਜੀ, ਇਹ 'ਚ ਜੇ ਮੇਰਾ ਕੋਈ ਕਸੂਰ ਆ ਤਾਂ ਮੇਰੇ 'ਚ ਜੁੱਤੀ ਮਾਰੋ ਸਿਰ 'ਚ, ਆਹ ਤੁਹਾਡੀ ਕੁੜੀ ਬੈਠੀ ਹੈ ਪੁੱਛ ਲਓ ਬਾਈ। ਜਲੂਸ ਤਾਂ ਫਿਰ ਉਸੇ ਗੱਲ ਉਹ ਨਿਕਲਦਾ, ਹੁਣ ਮੈਂ ਤਾਂ ਦੱਸ ਕੀ ਕਰਾਂ ਵੀਰੇ? ਇਹਦਾ ਨਹੀਂ ਕਸੂਰ ਕੋਈ, ਇਹਦਾ ਭਰਾ ਨਾ ਪੀ ਕੇ ਮੈਂ ਤੁਹਾਨੂੰ ਦੱਸੀ ਇੰਨੇ ਖਰਾਬੀ ਕਰਦਾ, ਬੰਟੂ ਤਾਂ ਕੁਛ ਵੀ ਨਹੀਂ ਬੋਲਿਆ। ਮੇਰੀ ਗੱਲ ਸੁਣ ਲੈ ਕੁੜੀਏ, ਹਾਲੇ ਦੇਖ ਦੁੱਲੇ ਬੇੜਾ ਦਾ ਕੁਛ ਨਹੀਂ ਵਿਗੜਿਆ, ਚੱਲ ਬੈਗ 'ਚ ਪਾ ਕੱਪੜੇ, ਮੈਂ ਤੈਨੂੰ ਲੈਣ ਆਇਆ। ਇੰਨਾ ਗੁੱਸਾ ਨਹੀਂ ਕਰਦੇ ਹੁੰਦੇ, ਦੇਖੋ ਜੀ ਮੈਂ ਕੋਈ ਗਲਤੀ ਨਹੀਂ ਕੀਤੀ, ਹਾਂ ਜੇ ਤੁਹਾਡੀ ਕੁੜੀ ਨੂੰ ਐਂ ਲੱਗਦਾ ਵੀ ਮੈਂ ਗਲਤ ਆ, ਕੋਈ ਗੱਲ ਨਹੀਂ ਤੁਸੀਂ ਲੈ ਜਾਓ, ਪਰ ਇਹਦੇ ਮੂੰਹ ਕੁਹਾ ਦਿਓ ਜੇ ਮੈਂ ਗਲਤ ਹੈਗਾ। ਵੀਰੇ ਅੱਜ ਤਾਂ ਉਹ ਗਲਤ ਹੈ, ਇਮਾਨਦਾਰ ਦੇ ਗੱਲ ਕਰ ਲਓ, ਫਿਰ ਤੂੰ ਵੀ ਉਹਨਾਂ ਦੇ ਮਗਰ ਲੱਗ ਗਿਆ ਫਿਰ ਇਸ ਤਰ੍ਹਾਂ ਦੇ। ਵੀਰੇ ਨਹੀਂ, ਦੇਖੋ ਮੇਰੀ ਗੱਲ ਸੁਣੋ, ਮੈਂ ਤੁਹਾਡੇ ਨਾਲ ਤਾਂ ਨਹੀਂ ਜਾਂਦੀ ਹੈਗੀ ਬੈਗ ਪੈਕ ਕਰਕੇ ਗੁੱਸੇ ਨਾਲ, ਤੁਸੀਂ ਵੀ ਗੁੱਸਾ ਨਾ ਕਰਿਓ, ਮੈਂ ਮਿਲਣ ਗਿਲਣ ਜ਼ਰੂਰ ਜਾਊਂਗੀ ਪਰ ਮੈਂ ਬੰਟੂ ਨੂੰ ਛੱਡ ਕੇ ਨਹੀਂ ਜਾਂਦੀ, ਕਿਉਂਕਿ ਇਹਦੇ ਵਿੱਚ ਬੰਟੂ ਦਾ ਕਸੂਰ ਨਹੀਂ, ਜਿਹਦਾ ਕਸੂਰ ਹੁੰਦਾ ਮੈਨੂੰ ਵੀ ਸਾਰੀ ਸਮਝ ਆ, ਮੈਂ ਖੁਦ ਹੀ ਤੁਹਾਡੇ ਨਾਲ ਚੱਲ ਜਾਂਦੀ। ਦੇਖ ਤੇਰੀ ਮਰਜ਼ੀ ਹੈ, ਮੈਨੂੰ ਘਰੋਂ ਕਹਿ ਕੇ ਤੇਰਾ ਮੈਨੂੰ ਲੈਣ ਆਇਆ। ਵੀਰੇ ਮੈਂ ਤਾਂ ਜਾਂਦੀ ਨਹੀਂ। ਉਹ ਚਲੋ ਕਾਹਨੂੰ ਗੁੱਸਾ ਕਰਦੇ ਹੋ, ਦੇਖੋ ਮੈਂ ਤੁਹਾਡਾ, ਤੁਸੀਂ ਆਪਣੀ ਥਾਂ ਤੇ ਠੀਕ ਹੋ, ਜਦੋਂ ਇੱਕ ਭਰਾ ਨੂੰ ਪਤਾ ਲੱਗੇ ਨਾ ਉਹਦੀ ਭੈਣ ਦੁਖੀ ਹੈ ਹਨਾ, ਉਹ ਭੜਕ ਜਾਂਦਾ, ਤੁਸੀਂ ਸਹੀ ਹੋ ਆਪਣੀ ਥਾਂ ਤੇ। ਪਰ ਇਹਦੇ 'ਚ ਮੇਰੀ ਕੋਈ ਗਲਤੀ ਨਹੀਂ, ਕੋਈ ਗੱਲ ਨਹੀਂ, ਗੁੱਸੇ ਹੋਏ ਆ ਸ਼ਾਮ ਤੱਕ ਆ ਜਾਣਗੇ, ਐਡੀ ਵੀ ਕੋਈ ਗੱਲ ਨਹੀਂ ਹੋਈ ਹੈਗੀ। ਹਾਂ ਜੇ ਮੈਂ ਕਸੂਰਵਾਰ ਆ ਤਾਂ ਜਿਵੇਂ ਜਿਹੜੀ ਤੁਸੀਂ ਸਜ਼ਾ ਦੇਣੀ ਉਹ ਦੇ ਸਕਦੇ ਹੋ, ਐਵੇਂ ਗੁੱਸੇ ਹੋਏ ਨੂੰ ਸਾਡਾ ਵੀ ਜਲੂਸ ਨਿਕਲੂ ਨਾਲ, ਉਹ ਤੁਹਾਡੇ ਜਲੂਸ ਨਾਲੋਂ ਪਹਿਲਾਂ ਤਾਂ ਮੇਰਾ ਜਲੂਸ ਨਿਕਲੂਗਾ, ਐ ਨਾ ਟੈਨਸ਼ਨ ਲਿਆ ਕਰੋ, ਇਹ ਹੁਣ ਮੇਰੇ ਘਰ ਦੀ ਇੱਜ਼ਤ ਆ, ਮੈਂ ਕੁਛ ਨਹੀਂ ਹੋਣ ਦਿੰਦਾ ਹੈਗਾ, ਤੁਸੀਂ ਉਹੀ ਨਾ ਘਬਰਾਓ। ਚਲ ਬਾਈ ਆਪਦੀ ਗੱਲ ਸੰਭਾਲ, ਠੀਕ ਹੈ? ਮੈਂ 10 ਕੁੜੀ ਨੂੰ ਕਹਿ ਦੇਣਾ ਸਾਡਾ, ਮੈਂ ਦੁਬਾਰੇ ਗਿੜਾਵਾਂ।
चलो जो थोड़ा दिल किया आओ थोड़ा कोई रोक टोक नहीं हुई हूं तुम गर्म ना हो मीत तू ऐ कर चाह बना आज आप अंदर चाह पीने फोन करना जो गल बात हो ठीक है कोई ओला नहीं रखना काली कर गई मैं कहना अज का दिन रेंदे नहीं भाई जी देखो घर रखने सारा समान सामने वाला पिया अपना ठीक है मैं ना क्या जाना देखो आपका ना वीर बन के ख्याल रखो ते जो लड़ाई हुई है सुधी घरे रात तुसी पाया के जो वो वीर बन के साम आदे मां प्यो को जा उन्होंने मना लिया मां प्यो फिर भी तेरे आ जाने के कोई खास गल नहीं नहीं मैं ना थोड़े वाली गल भी सही है जिवें तुसी उलझे पे हो कम धंधे च मैं उलझा पिया मैं टाइम कढ के शाम नूं जाऊंगा ते चलो गुस्सा हैगा सी एडा भी कोई गुस्सा गिला की हुंदा भी मेरे घरे ना आउण शाम नूं जाऊंगा उन्हां नूं मना लियाऊंगा बाकी जे थोनों कदे भी कोई गल लगती होंगी है जी मैं फोन कर दियो जे मेरे मैं तो थोड़ा पहला भी कहा सी भी मैं देखो इनू कोई दुख नहीं दिंदा है चलो उन्नी गल हो गई सी समय के समय हिसाब नाल वह भी भुली जाऊगी भाई देख तेरी गल सुन के मैं तसली जी होगी भी साड़ी कुड़ी सौखी रहूगी चलो देखते हैं वह तो बाद च गल ने हम ना एक जे थोनों किसी चीज की लड़ हुई ना हाँ जी मैं थोड़ा भरा मन के तू मैं किसी चीज की फोन कर दी ठीक है जी कोई किसी चीज की भी लड़ हो मैं बेसांस होकर फोन कर दी मैं तेरे भरावा वागू कम आऊँ यार हो दस कोई नहीं लांबा नहीं मिलता है चलो ठीक है जी बड़ी चंगा लगी अगे तो नहीं लांबा पे साडे लई बहुत खुशी दी गल है ठीक है चंगा जी फिर मैं चलदा चंगा जी चंगा वीरे का सुभा तो ठीक है पर उदो थोड़ा जा भड़क गया है ना पता नहीं की हो गया की नहीं गल घबरा गया सीगा नहीं तुहानू हौली हौली पता लगू मेरे भरा दा सुभा तो ना बाला चंगा है जब पुत दा कर कर हो गया चल कोई गल नहीं चल आपा भी चलदे हैं फिर हैं ठीक चल वीरा भी आ गया हूं गुस्से सीगा और जी नाले ना तुसी एक गलती कीती जे तुसी वीरे नु माड़ा जा भी दस दिंदे ना भी अपने ते इन्नी टेंशन अपनी अद्धी टेंशन घट जांदी वीरे दा सुभा बहुत वधिया ਉਹ ਤੂੰ ਕਮਲੀ ਹੋਈ ਆ ਦੱਸ ਉਹ ਪਹਿਲੀ ਵਾਰ ਮਿਲਣ ਆਇਆ ਇੱਕ ਤਾਂ ਉਹ ਪਹਿਲਾਂ ਘਬਰਾਇਆ ਹੋਇਆ ਸੀ ਉਤੋਂ ਮੈਂ ਉਹਨੂੰ ਐਡੀ ਵੱਡੀ ਟੈਨਸ਼ਨ ਦੇ ਦਿੰਦਾ ਐ ਚੰਗਾ ਨਹੀਂ ਲੱਗਦਾ ਹੈਗਾ ਨਵੀਂ ਰਿਸ਼ਤੇਦਾਰੀ ਚ ਮੈਂ ਉਹਨੂੰ ਇਹ ਗੱਲ ਦੱਸਦਾ ਅਗਲਾ ਤਾਂ ਕੀ ਅਗਲਾ ਤਾਂ ਹੱਲ ਕਰ ਦਿੰਦਾ ਪਰ ਮੇਰੇ ਲਈ ਇਹ ਸਹੀ ਨਹੀਂ ਹੈਗਾ ਚਲ ਤੁਸੀਂ ਨਾ ਕਹਿੰਦੇ ਮੈਂ ਕਹਿ ਦਿੰਦੀ ਮੇਰਾ ਤਾਂ ਭਰਾ ਸੀ ਨਾ ਉਹ ਨਹੀਂ ਨਹੀਂ ਐ ਸੋਹਣੇ ਨਹੀਂ ਲੱਗਦੇ ਹੁੰਦੇ ਹੈਗੇ ਕੋਈ ਗੱਲ ਨਹੀਂ ਆਪਾਂ ਹੱਲ ਕਰਾਂਗੇ ਹਜੇ ਤਾਂ 15 ਦਿਨ ਹੈਗੇ ਨਾ ਆਪਣੇ ਕੋਲ ਇੰਨੇ ਚ ਹੱਲ ਕਰ ਲਾਂਗੇ ਇਹ ਘਰ ਆਪਣਾ ਹੀ ਰਹੂਗਾ ਆਪਾਂ ਖਾਲੀ ਕਰਕੇ ਨਹੀਂ ਜਾਂਦੇ ਹੈਗੇ ਉਹਨੂੰ ਆਪਾਂ 2 ਲੱਖ ਰੁਪਈਆ ਹੀ ਮੋੜ ਦਾਂਗੇ बहुत ज्यादा मेहनत लगती है जिहड़ी नाल वैल है उहनू जरूर दबा लिया करो ताकि साडा वीडियो दा नोटिफिकेशन तुहाडे तक पहुंच सके धन्नवाद जी सत श्री अकाल जी।